ਅੱਜ ਕੌਮ ਟੀਵੀ ਦੇਖ ਰਹੇ ਤੁਸੀਂ ਮੈਂ ਸਨੀ ਮਾਨ ਸਭ ਦਾ ਹਾਰਦਿਕ ਸਵਾਗਤ ਕਰਦਾ। ਅੱਜ ਮੈਂ ਪਹੁੰਚਿਆ ਹੋਇਆ ਮਾਨਸਾ ਜ਼ਿਲ੍ਹੇ ਦੇ ਪਿੰਡ ਟਿੱਬੀ ਹਰੀ ਸਿੰਘ ਵਾਲਾ। ਇੱਥੇ ਨਿਰਮਲ ਸਿੰਘ ਨਿੰਮੀ ਜੀ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਅੰਗਹੀਣ ਯੂਨੀਅਨ ਦੇ ਆਗੂ ਨੇ। ਬਹੁਤ ਸਮਾਜ ਸੇਵਾ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਇਹਨਾਂ ਦਾ ਹੈਗਾ। ਆਸ ਪਾਸ ਦੇ ਵਿੱਚ ਜਿੰਨੇ ਵੀ ਅੰਗਹੀਣ ਲੋਕ ਹੈ ਉਹਨਾਂ ਦੀ ਸੇਵਾ ਕਰਦੇ ਹੈ। ਸਭ ਤੋਂ ਪਹਿਲਾਂ ਸਾਡੇ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ ਜੀ। ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਮੇਰੇ ਕੋਲ ਪਹੁੰਚੇ ਜੀ। ਆਪਾਂ ਅੱਜ ਗੱਲਬਾਤ ਕਰਾਂਗੇ, ਤੁਸੀਂ ਜਿਹੜੇ ਅੰਗਹੀਣ ਪਰਿਵਾਰਾਂ ਦੀ ਸੇਵਾ ਕਰਦੇ ਹੋ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰਦੇ ਆ, ਕਿਵੇਂ ਤੁਸੀਂ ਸੇਵਾ ਕਰਦੇ? ਉਹ ਮੇਰੇ ਨਾਲ ਆਪਣਾ ਕੀ ਐਡ ਆਈ, ਸਾਡੀ ਯੂਨੀਅਨ ਬਣੀ ਹੋਈ ਆ ਅੰਗਹੀਣ ਦੀ। ਅੱਛਾ। ਅਤੇ ਉਹ ਮੇਰੇ ਨਾਲ ਗਰੁੱਪ ਵਿੱਚ ਐਡ ਨੇ ਜਿਹੜੇ ਜਮੀ ਨਿਲ ਪਰਿਵਾਰ ਆ ਜੀ, ਵੀ ਉਹਨਾਂ ਨੂੰ ਮੈਂ ਆਪਣਾ ਕਿ ਦਾਨੀ ਸੱਜਣਾ ਤੋਂ ਹੀ ਹੈਲਪ ਲੈ ਕੇ ਉਹਨਾਂ ਨੂੰ ਰਾਸ਼ਨ ਦੀ ਹੈਲਪ ਕਰਦਾ। ਜਿਹੜੀ ਯੂਨੀਅਨ ਬਣੀ ਹੋਈ ਤੁਹਾਡੀ, ਇਹ ਪੰਜਾਬ ਲੈਵਲ 'ਤੇ ਬਣੀ ਹੋਈ ਜਾਂ ਤੁਹਾਡੀ ਡਿਸਟ੍ਰਿਕਟ ਦੀ ਅਲੱਗ ਬਣੀ ਹੋਈ ਹੈ? ਨਹੀਂ, ਪੰਜਾਬ ਲੈਵਲ 'ਤੇ ਬਣੀ ਹੋਈ। ਅੱਛਾ। ਇਹ ਜਿਹੜੀ ਤੁਹਾਡੀ ਯੂਨੀਅਨ ਨੂੰ ਕੋਈ ਸਰਕਾਰ ਦੇ ਵੱਲੋਂ ਵੀ ਕਦੇ ਕੋਈ ਮਾਲੀ ਸਹਾਇਤਾ ਮਿਲੀ ਹੈ? ਸਰਕਾਰ ਵੱਲੋਂ ਨਹੀਂ ਕੋਈ ਮਾਲੀ ਸਹਾਇਤਾ ਨਹੀਂ ਮਿਲੀ। ਅੱਛਾ। ਹਾਂਜੀ, ਮਤਲਬ ਜਿਹੜੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਕੋਈ ਪਰਿਵਾਰ ਮਿਲ ਜਾਂਦਾ ਤਾਂ ਤੁਸੀਂ ਉਹਦੀ ਪੋਸਟ ਪਾ ਦਿੰਦੇ? ਹਾਂਜੀ। ਅਤੇ ਤੁਹਾਡੇ ਨਾਲ ਉਹ ਜਿਹੜਾ ਸੰਪਰਕ ਹੈ ਉਹ ਆਪਣੇ ਆਪ ਕਰਦੇ ਆ ਦਾਨੀ ਸੱਜਣ? ਹਾਂਜੀ, ਦਾਨੀ ਸੱਜਣ ਉਹ ਆਪਣੇ ਆਪ ਕਰਦੇ, ਨੰਬਰ ਹੁੰਦਾ ਆਪਣੇ। ਠੀਕ ਹੈ ਜੀ। ਜਿਵੇਂ ਕਿ ਆਪਾਂ ਪਹਿਲਾਂ ਵੀ ਬਹੁਤ ਵਾਰ ਦੇਖਿਆ ਕਿ ਬਹੁਤ ਜਗ੍ਹਾ 'ਤੇ ਅਜਿਹਾ ਦੇਖਿਆ ਜਾਂਦਾ ਕਿ ਜਿਹੜੇ ਕਿ ਫਰਜ਼ ਸਰਕਾਰਾਂ ਦੇ ਹੁੰਦੇ ਨੇ ਉਹ ਸਮਾਜ ਸੇਵੀ ਸੰਸਥਾਵਾਂ ਨਿਭਾ ਰਹੀਆਂ ਨੇ। ਇਹ ਅੱਜ ਇਹਨਾਂ ਨੇ ਵੀ ਦੱਸਿਆ ਕਿ ਜਿਹੜੀ ਮਾਲੀ ਸਹਾਇਤਾ ਉਹਨਾਂ ਦੀ ਅੰਗਹੀਣ ਯੂਨੀਅਨ ਬਣੀ ਹੋਈ ਹੈ, ਉਹਨਾਂ ਨੂੰ ਜ਼ਿਆਦਾਤਰ ਸੇਵਾ ਜਿਹੜੇ ਸਮਾਜ ਸੇਵਕ ਸੰਸਥਾਵਾਂ ਨੇ ਉਹ ਕਰਦੀਆਂ ਨੇ। ਅਤੇ ਰਾਸ਼ਨ ਦੀ ਮੇਨ ਜਿਹੜੀ ਇਹਨਾਂ ਦੀ ਸੇਵਾ ਹੈ, ਕੀ ਕਰਦੇ ਆ, ਜਿੱਥੇ ਵੀ ਆਸੇ ਪਾਸੇ ਕੋਈ ਪਰਿਵਾਰ ਹੁੰਦਾ ਇਹ ਸਰਚ ਕਰਦੇ ਆ ਉਹਨਾਂ ਨੂੰ। ਜਿਹੜਾ ਕੋਈ ਪਰਿਵਾਰ ਦੇ ਵਿੱਚ ਕੋਈ ਬੰਦਾ ਅੰਗਹੀਣ ਹੁੰਦਾ, ਕੋਈ ਕਮਾਈ ਦਾ ਸਾਧਨ ਨਹੀਂ ਹੁੰਦਾ, ਉਹਨਾਂ ਨੂੰ ਸਰਚ ਕਰਕੇ ਇਹ ਇੱਕ ਫੇਸਬੁੱਕ ਵਗੈਰਾ 'ਤੇ ਪੋਸਟ ਸਾਂਝੀ ਕਰ ਦਿੰਦੇ ਆ ਸੋਸ਼ਲ ਮੀਡੀਆ 'ਤੇ, ਉਹਨੂੰ ਦੇਖ ਕੇ ਦਾਨੀ ਸੱਜਣ ਇਹਦੇ ਨਾਲ ਸੰਪਰਕ ਕਰ ਦਿੰਦੇ ਆ। ਤਾਂ ਮੈਂ ਬਹੁਤ ਹੀ ਪ੍ਰਸ਼ੰਸਾ ਕਰਦਾ ਇਹਨਾਂ ਦੇ ਕੰਮ ਦੀ। ਇਹ ਖੁਦ ਵੀ ਅੰਗਹੀਣ ਨੇ। ਇਹਨਾਂ ਦੀ ਇੱਕ ਗੱਲ ਮੈਂ ਹੋਰ ਵੀ ਕਰਦਾ, ਜਿਹੜੇ ਕੋਈ ਅੱਜ ਜਿਵੇਂ ਆਪਣੇ ਭਾਰਤ ਦੇ ਵਿੱਚ ਬੁਰਾ ਹਾਲ ਹੋਇਆ ਪਿਆ, ਕੋਈ ਵੀ ਜਦੋਂ ਥੋੜ੍ਹਾ ਬਹੁਤ ਅੰਗਹੀਣ ਹੋਵੇ ਇਹ ਆਪਦੇ ਆਪ ਨੂੰ ਬੇਵੱਸ ਸਾਬਿਤ ਕਰਦਾ ਕਿ ਮੈਂ ਕੰਮ ਨਹੀਂ ਕਰ ਸਕਦਾ। ਅਤੇ ਪਰ ਇਹ ਬੰਦਾ ਦੇਖੋ, ਇਹ ਦੁਕਾਨ ਹੋਏ ਰੱਬ ਦੀ ਮਿਹਰ ਨਾਲ ਬਹੁਤ ਵਧੀਆ ਚੱਲਦੀ ਹੈ, ਬਹੁਤ ਮਿਹਨਤ ਕਰਦਾ ਆਹ ਬੱਚਾ। ਇੱਕ ਹੋਰ ਵੀ ਇਹਨਾਂ ਦੇ ਨਾਲ, ਇਹ ਵੀ ਅੰਗਹੀਣ ਹੈ, ਇਹ ਪੂਰੀ ਆਪਦੀ ਮਿਹਨਤ ਦੀ ਕਮਾਈ ਕਰਕੇ ਖਾਂਦੇ ਨੇ ਕਿ ਜਦੋਂ ਵੀ ਕਦੇ ਸੰਪਰਕ ਕਰਦੇ ਆ ਕਿਸੇ ਸੋਸ਼ਲ ਮੀਡੀਆ ਦੇ ਰਾਹੀਂ ਕਿਸੇ ਸੰਸਥਾ ਦੇ ਨਾਲ ਕੋਈ ਇਹਨਾਂ ਨੂੰ ਸੇਵਾ ਆਉਂਦੀ ਹੈ, ਇਹ ਬਿਲਕੁਲ ਪਾਰਦਰਸ਼ੀ ਕੰਮ ਕਰਦੇ ਆ। ਜਿਵੇਂ ਕਿ ਮੈਂ ਵੀ ਜਾਂ ਇਹਨਾਂ ਨਾਲ ਹੋਰ ਵੀ ਸਾਡੀਆਂ ਸੰਸਥਾਵਾਂ ਜੁੜੀਆਂ ਹੋਈਆਂ, ਇਹਨਾਂ ਨੂੰ ਕੋਈ ਰਾਸ਼ਨ ਦੀ ਸੇਵਾ ਜਾਂ ਕਿ ਜਿਸ ਤਰ੍ਹਾਂ ਦੀ ਵੀ ਸੇਵਾ ਕਰਦੇ ਆ, ਇਹ ਬਿਲਕੁਲ ਪਾਰਦਰਸ਼ੀ। ਜਦੋਂ ਕਿਸੇ ਅੱਗੇ ਪਹੁੰਚਾ ਕੇ ਆਉਂਦੇ ਆ ਪੂਰਾ ਦੱਸਦੇ ਆ ਵੀ ਆਹ ਚੀਜ਼ ਤਾਂ ਮੇਰੇ ਕੋਲ ਆ ਗਈ ਸੀ, ਆਹ ਅਸੀਂ ਅੱਗੇ ਪਹੁੰਚਾ ਦਿੱਤੀ। ਹਾਂਜੀ, ਸਾਡੇ ਨਾਲ ਕਈ ਸੰਸਥਾਵਾਂ ਜੁੜੀਆਂ ਹੋਈਆਂ, ਜਿਵੇਂ ਸ਼ਹੀਦ ਊਧਮ ਸਿੰਘ ਸੇਵਾ ਗਰੁੱਪ ਜੀ, ਅਰਦਾਸ ਕਲੱਬ ਸੰਦੂਗੜ੍ਹ ਜੀ, ਸਮਾਜ ਸੇਵੀ ਵੀਰ ਗਰੁੱਪ ਆ ਜੀ, ਸੰਸਥਾਵਾਂ ਜੀ ਉਹ ਸੰਦੂਗੜ੍ਹ ਤੋਂ ਜੀ, ਅਤੇ ਸਾਡੇ ਨਾਲ ਤੁਸੀਂ ਵੀ ਹੋ ਗਏ ਜੀ, ਅੰਮ੍ਰਿਤ ਸਿੱਧੂ ਹੋ ਗਏ ਜੀ, ਵਧੀਆ ਦਾਨੀ ਸੱਜਣੇ। ਜਦੋਂ ਅਸੀਂ ਉਹਨਾਂ ਨੂੰ ਆਪਣਾ ਕੀ ਹੈ ਰਿਕੁਐਸਟ ਕਰਦੇ ਹਾਂ ਵੀ ਇਸ ਰੋਡ 'ਤੇ ਛੱਡ ਲਵੇ, ਇੰਨੇ ਪਰਿਵਾਰ ਆ ਜੀ, ਇਹਨਾਂ ਨੂੰ ਰਾਸ਼ਨ ਦੇਣਾ ਜੀ, ਅਤੇ ਸਾਡੀ ਉਹ ਹੈਲਪ ਕਰਦੇ ਜੀ। ਬਾਈ ਜੀ, ਜਿਵੇਂ ਨਿੰਮੀ ਸਿੰਘ ਹੋ ਗਏ ਹੈ ਨਾ, ਜਿਵੇਂ ਇੱਕ ਵਾਰੀ ਮੇਰਾ ਦੋਸਤ ਆ ਮੁੰਡਾ, ਉਹ ਵੀ ਵਿਚਾਰਾ ਅੰਗਹੀਣਾਂ ਦੀ ਬਹੁਤ ਸੇਵਾ ਕਰ ਰਿਹਾ ਅੱਜ ਦੀ ਘੜੀ। ਇਹ ਮਤਲਬ ਜਿਹੜਾ ਇਹ ਵਸਤੂਆਂ ਹੈ ਚੰਗੀ ਹੈ, ਚੰਗੇ ਵਾਸਤੇ ਹੀ ਕਰ ਰਿਹਾ, ਕੋਈ ਹਰ ਇੱਕ ਨਹੀਂ ਕਰ ਸਕਦਾ, ਕੋਈ ਕੋਈ ਵਿਰਲੇ ਹੀ ਕਰ ਸਕਦਾ। ਜਿਵੇਂ ਅਸੀਂ ਕਈ ਵਾਰੀ ਕੰਮ ਤੋਂ ਵਿਹਲੇ ਹੁੰਦੇ ਹਾਂ, ਸਾਨੂੰ ਨਾਲ ਲੈ ਜਾਂਦੇ ਨੇ ਵਿਚਾਰੇ, ਬਾਂਦਰਾ ਹੋ ਗਿਆ, ਹੀਂਗੜੇ ਹੋ ਗਏ, ਜਿਵੇਂ ਹੀਂਗੜਾ ਹੋ ਗਿਆ, ਜਟਾਣਾ ਹੋ ਗਿਆ। ਕਈ ਵਾਰੀ ਸਾਨੂੰ ਵੀ ਇੱਦਾਂ ਦਾ ਮਹਿਸੂਸ ਹੁੰਦਾ ਵੀ ਇੱਦਾਂ ਦੇ ਲੋਕ ਕੁਛ ਵੱਸਦੇ ਆ ਜੋ ਕਿਸੇ 'ਤੇ ਅੱਜ ਦੀ ਘੜੀ ਜੋ ਵੀ ਕਿਸੇ ਨੂੰ ਰੂਹ ਨੂੰ ਕੋਈ ਖਾਣਾ ਪਹੁੰਚਾਉਣ ਵਾਲਾ ਬੈਠੇ ਨੇ, ਹੈ ਨਾ ਜੀ। ਪਰ ਕੋਈ ਕੋਈ ਨਹੀਂ ਸੋਚ, ਕੋਈ ਵਰਲੇ ਸੋਚਦਾ ਜੀ। ਨਿੰਮੀ ਸਿੰਘ ਬਹੁਤ ਵਧੀਆ ਵਿਚਾਰੇ ਟੇਲਰ ਮਾਸਟਰ, ਜਿਹੜੇ ਅੱਜ ਮੈਂ ਇਸ ਬੰਦੇ ਦਾ ਧੰਨਵਾਦ ਕਰ ਰਿਹਾ, ਜਿਹੜਾ ਇਸ ਬੰਦਾ ਵੀ ਸਹਿਯੋਗ ਦੇ ਰਿਹਾ ਅੰਗਹੀਣ ਬੰਦਿਆਂ ਦੇ ਨਾਲ ਰਲ ਕੇ, ਅਤੇ ਵਿਚਾਰਾ ਮਦਦ ਕਰ ਰਿਹਾ। ਬਹੁਤ ਬਹੁਤ ਧੰਨਵਾਦ ਕਰ ਰਿਹਾ ਮੈਂ ਇਸ ਵੀਰ ਦਾ, ਅਤੇ ਬਾਕੀ ਤੁਹਾਡਾ ਕਰ ਰਿਹਾ ਵੀਰ ਜੀ, ਜਿਵੇਂ ਤੁਸੀਂ ਆਏ ਐਡੀ ਦੂਰ, ਹੈ ਨਾ, ਮਤਲਬ ਆਏ ਕਿੰਨੇ ਪਿਆਰ ਭਾਵਨਾ ਨਾਲ ਆਏ, ਰੱਬ ਸੁਣਨ ਦੀ ਸੁੱਖ ਸ਼ਾਂਤੀ ਬਖਸ਼ੇ। ਹਾਂਜੀ, ਮੈਂ ਤਾਂ ਇਹ ਕਹਿਣਾ ਵੀ ਤੁਸੀਂ ਜਿਹੜਾ ਕਰ ਰਹੇ ਹੋ, ਇਹ ਕੰਮ ਕਰ ਰਹੇ ਹੋ, ਬਹੁਤ ਚੰਗਾ ਕਰ ਰਹੇ ਹੋ, ਕੋਈ ਕਿਸੇ ਲਈ ਨਹੀਂ ਕਰ ਸਕਦਾ, ਕੋਈ ਕੋਈ ਕਰ ਸਕਦਾ। ਤੁਸੀਂ ਬਹੁਤ ਚੰਗੇ ਬੰਦੇ ਹੋ, ਬਹੁਤ ਹੀ ਅੱਛੇ ਹੋ, ਜਿਹੜਾ ਤੁਸੀਂ ਅੱਜ ਦੀ ਘੜੀ ਕਰ ਰਹੇ ਹੋ, ਨਹੀਂ ਕੋਈ ਕਿਸੇ ਵਾਸਤੇ ਕਰ ਨਹੀਂ ਸਕਦਾ ਜੀ। ਇਹ ਮੈਨੂੰ ਬਹੁਤ ਹੀ ਬਹੁਤ ਵਧੀਆ ਤੁਹਾਡਾ ਮਹਿਸੂਸ ਹੁੰਦਾ। ਇੰਨਾ ਕੁ ਵੀਰ, ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ। ਇਹ ਜਿਹੜੇ ਵੀਰ ਬੈਠੇ ਨੇ, ਨਿੰਮੀ ਨਿਰਮਲ ਸਿੰਘ ਨਿੰਮੀ, ਅਜਿਹੇ ਲੋਕਾਂ ਦੀ ਵੀਡੀਓ ਨੂੰ ਆਪਾਂ ਸ਼ੇਅਰ ਕਰਾਂਗੇ, ਇਹਨਾਂ ਨਾਲ ਹੋਰ ਜਿਹੜੇ ਦਾਨੀ ਸੱਜਣ ਜੁੜਨਗੇ ਤਾਂ ਹੋਰ ਜਿਹੜੇ ਪਰਿਵਾਰ ਬਹੁਤ ਲੋੜਵੰਦ ਪਰਿਵਾਰ ਆ, ਜਿਹੜੇ ਕਿ ਮਦਦ ਬਿਨਾਂ ਰਹਿ ਜਾਂਦੇ ਆ, ਉਹਨਾਂ ਦੀ ਮਦਦ ਪੂਰੀ ਹੋ ਸਕਦੀ ਹੈ। ਧੰਨਵਾਦ।